ਜਦੋਂ BCA ਲਈ ਚਲੇ ਗਏ ਉਦੋਂ ਮੇਰਾ ਮੀਡੀਅਮ ਚੇਂਜ ਹੋ ਗਿਆ। ਜਦੋਂ ਮੀਡੀਅਮ ਚੇਂਜ ਹੁੰਦਾ ਉਦੋਂ ਆਪਾਂ ਜਿਹੜੀ ਚੀਜ਼ ਤੋਂ ਦੂਰ ਜਾਂਦੇ ਹਾਂ ਉਹਦੇ ਵੱਲ ਨੂੰ ਖਿੱਚ ਵੀ ਵੱਧਦੀ ਹੈ ਅਤੇ ਮੇਰੀ ਪੰਜਾਬੀ ਵੱਲ ਥੋੜ੍ਹਾ ਹੋਰ ਰੁਝਾਨ ਵੱਧਦਾ ਗਿਆ। ਕਈ ਵਾਰੀ ਕਹਿੰਦੇ ਅੰਤਰਾ ਜਾਂ ਜਿਹੜਾ ਉਹਦਾ ਲਾਸਟ ਕੋਈ ਹੁੰਦਾ ਪੈਰਾ ਉਹ ਕਹਿੰਦੇ ਐਸਾ ਅੜ ਜਾਂਦਾ ਆ, ਉੱਥੇ ਤੁਕਬੰਦੀ ਬਣਦੀ ਹੋਈ ਨਹੀਂ। ਕਈ ਵਾਰੀ ਉਹ ਦੋ ਦੋ ਤਿੰਨ ਤਿੰਨ ਮਹੀਨੇ ਕੀ ਸਾਲ ਸਾਲ ਪਿਆ ਰਹਿੰਦਾ ਗਾਣਾ, ਉਹ ਨਿਬੜਦਾ ਹੀ ਨਹੀਂ। ਮੇਰੀ ਨਿਗਾਹ ਦੇ ਵਿੱਚ ਗੀਤ ਉਹੀ ਵੱਡਾ ਜਿਹਦਾ ਥੌਟ ਵੱਡਾ। ਗਾਣੇ ਦੇ ਪੋਸਟਰ ਵਗੈਰਾ ਲੋਕਾਂ ਨੇ ਬਾਈਕ ਵਗੈਰਾ ਤੇ ਬਾਗੀ ਜੱਟ, ਮੈਂ ਟਰੱਕਾਂ ਪਿੱਛੇ ਵੀ ਦੇਖਿਆ ਬਾਗੀ ਜੱਟ ਹੱਥ ਨਹੀਂ ਆਉਣਾ, ਉਹ ਬਹੁਤ ਸਹਿਜੇ ਹੀ ਹੋਇਆ ਸਾਰਾ ਕੁਛ। ਫਸਲ ਤੇ ਨਸਲ, ਮੈਨੂੰ ਇਹ ਗਾਣਾ ਤੁਹਾਡਾ ਬੜਾ ਵਧੀਆ ਲੱਗਾ, ਸੋਚ ਬੜੀ ਵਧੀਆ ਸੀ। ਇਹ ਕਿਵੇਂ ਸੋਚਿਆ, ਕਿਵੇਂ ਜਹਿਨ ਦੇ ਵਿੱਚ ਆਇਆ? ਆਵਾਜ਼ ਬੁਲਾਉਂਦੇ ਆ ਪਰ ਤੁਹਾਡੇ ਜਿਹੜੇ ਲਿਖੇ ਹੋਏ ਲਫ਼ਜ਼ ਆ ਨਾ ਉਸ ਗੀਤ ਦੇ ਵਿੱਚ, ਉਹ ਬੜੇ ਵਧੀਆ ਆ। ਇਹ ਗਾਣਾ ਜਦੋਂ ਆਰਡੀਨੈਂਸ ਆਇਆ ਤੇ ਮੈਂ ਉਦੋਂ ਲਿਖਿਆ ਸੀਗਾ ਜੀ, ਕਿਉਂਕਿ ਮੈਨੂੰ ਸੋਸ਼ਲ ਸਮਾਜਿਕ ਗਾਣੇ ਲਿਖਣਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਖਾਸ ਮੁਲਾਕਾਤ। ਤੇ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ ਦੀ ਖਾਸੀਅਤ ਹੀ ਇਹੀ ਆ ਕਿ ਇਹਦੇ ਵਿੱਚ ਅਸੀਂ ਬੜੀਆਂ ਚੁਣ ਕੇ ਖਾਸ ਖਾਸ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਕਿਸੇ ਵੀ ਮੁਲਕ ਦੇ ਕਿਸੇ ਵੀ ਕੋਨੇ 'ਚੋਂ ਅਸੀਂ ਲੱਭ ਹੀ ਲਿਆਉਂਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਕੁਛ ਨਾ ਕੁਛ ਵੱਖਰਾ ਕਰਨ ਦੀ ਇੱਕ ਵੱਖਰਾ ਸ਼ੌਂਕ ਰੱਖਦੇ ਆ। ਅਤੇ ਜਦੋਂ ਪਟਿਆਲੇ ਦੀ ਗੱਲ ਆਉਂਦੀ ਆ ਤਾਂ ਤੁਸੀਂ ਜਾਣਦੇ ਹੋ ਕਿ ਬਹੁਤ ਗਾਣਿਆਂ ਦੇ ਵਿੱਚ ਪਟਿਆਲੇ ਦਾ ਜ਼ਿਕਰ ਆਉਂਦਾ। ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ। ਸੋ ਜਦੋਂ ਪਟਿਆਲੇ ਦੀ ਧਰਤੀ 'ਤੇ ਬਹੁਤ ਸਾਰੇ ਨਾਮੀ ਜਿਹੜੇ ਆਰਟਿਸਟ ਆ ਉਹ ਪਟਿਆਲੇ ਦੀ ਧਰਤੀ ਤੋਂ ਆ, ਅਤੇ ਪਟਿਆਲੇ ਦੀ ਧਰਤੀ ਦਾ ਹੋਰ ਵੀ ਬਹੁਤ ਕੁਛ ਮਸ਼ਹੂਰ ਆ। ਅਤੇ ਜਦੋਂ ਪਟਿਆਲੇ ਦੀ ਗੱਲ ਕਰਦੇ ਹਾਂ ਅਸੀਂ ਤਾਂ ਪੰਜਾਬ ਦੀ ਗੱਲ ਆ ਜਾਂਦੀ ਆ, ਅਤੇ ਪੰਜਾਬ ਦੀ ਧਰਤੀ 'ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਅਤੇ ਬਹੁਤ ਹੀ ਅੱਛੀ ਇੱਕ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਕਹਿੰਦੇ ਲਿਖਣਾ ਇਬਾਦਤ ਹੁੰਦੀ ਆ, ਲਿਖਣਾ ਜਿਹੜਾ ਇਹ ਕਲਮ ਦੀ ਬਖਸ਼ ਜਿਹੜੀ ਕਿਸੇ ਕਿਸੇ ਨੂੰ ਹੁੰਦੀ ਆ ਅਤੇ ਕਿਸੇ ਕਿਸੇ ਇਨਸਾਨ ਦੀ ਜਿਹੜੀ ਇਸ ਕਲਮ ਦੀ ਬਖਸ਼ਿਸ਼ ਨੂੰ ਪ੍ਰਵਾਨ ਕਰਦੇ ਨੇ ਲੋਕ। ਲਿਖਣਾ ਐਡਾ ਸੌਖਾ ਨਹੀਂ ਗਾ, ਹੱਥ 'ਚ ਕਲਮ ਪੈੱਨ ਮੇਰੇ ਵੀ ਫੜਿਆ, ਪਰ ਇਹਨੂੰ ਚਲਾਉਣਾ ਕਹਿੰਦੇ ਇਨਸਾਨ ਨੂੰ ਆਉਣਾ ਚਾਹੀਦਾ। ਜਿਵੇਂ ਕਹਿੰਦੇ ਕਿ ਜੇ ਤੁਸੀਂ ਕਿਸੇ ਅਹੁਦੇ 'ਤੇ ਬੈਠੇ ਆ ਤੁਹਾਨੂੰ ਸਲੀਕੇ ਦੇ ਨਾਲ ਗੱਲਬਾਤ ਕਰਨੀ ਆਉਣੀ ਚਾਹੀਦੀ ਹੈ, ਅਤੇ ਜਿਹੜੇ ਕਲਮਾਂ ਵਾਲੇ ਆ ਨਾ ਇਹਨਾਂ ਦੇ ਜਿਹੜੇ ਇੱਕ ਇੱਕ ਲਿਖੇ ਅੱਖਰ ਹੁੰਦੇ ਆ ਨਾ ਇਹ ਅੱਖਰ ਬੜੀ ਡੂੰਘੀ ਛਾਪ ਛੱਡਦੇ ਆ, ਅਤੇ ਕਈ ਕਲਮਾਂ ਇਹੋ ਜਿਹੀਆਂ ਆ ਜਿਹੜੀਆਂ ਸਮਾਜਿਕ ਨੂੰ ਬੜੀ ਸੇਧ ਦਿੰਦੀਆਂ। ਅੱਜ ਇੱਕ ਸੌਂਗ ਰਾਈਟਰ ਨੌਜਵਾਨ ਸਾਡੇ ਨਾਲ ਸਾਡੇ ਸ਼ੋਅ ਦੇ ਵਿੱਚ ਆ, ਰੁਪਿੰਦਰ ਸੰਧੂ। ਇਹਨਾਂ ਨੂੰ ਜੀਆਇਆ ਕਹਿੰਦੇ ਆ ਅਤੇ ਅਸੀਂ ਇਹਨਾਂ ਦੇ ਸਫ਼ਰ ਦੇ ਬਾਰੇ ਇਹਨਾਂ ਦੇ ਕੋਲੋਂ ਹੀ ਜਾਣਦੇ ਹਾਂ। ਸੋ ਰੁਪਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀਆਇਆ ਨੂੰ, ਤੁਹਾਨੂੰ ਸਾਂਝਾ ਟੀਵੀ 'ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ ਜੀ, ਪਟਿਆਲੇ ਦੀ ਜਦੋਂ ਗੱਲ ਆਉਂਦੀ ਆ ਤਾਂ ਬੜੇ ਫਨਕਾਰ ਬੜੀਆਂ ਸ਼ਖਸੀਅਤਾਂ ਪਟਿਆਲੇ ਦੀ ਧਰਤੀ ਦੀਆਂ, ਮੈਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹੂੰਗੀ। ਕਿਹੜਾ ਪਿੰਡ ਆ ਪਟਿਆਲੇ ਜ਼ਿਲ੍ਹੇ ਵਿੱਚ, ਕਿੱਥੇ ਤੁਹਾਡੀ ਸਟੱਡੀ ਹੋਈ, ਕਿਸ ਪਿੰਡ 'ਚ ਤੁਹਾਡਾ ਜਨਮ ਹੋਇਆ? ਹਾਂਜੀ, ਮੇਰਾ ਪਿੰਡ ਨੌਰਾ, ਨਾਭਾ ਤਹਿਸੀਲ ਅਤੇ ਜ਼ਿਲ੍ਹਾ ਪਟਿਆਲਾ, ਅਤੇ ਪਟਿਆਲੇ ਦਾ ਲਾਸਟ ਪਿੰਡ ਆ ਜੀ ਆਪਣਾ। ਅਤੇ ਇੱਧਰ ਪਹਿਲਾਂ ਸੰਗਰੂਰ ਨਾਲ ਲੱਗਦੇ ਸੀ, ਹੁਣ ਅਸੀਂ ਮਲੇਰਕੋਟਲੇ ਨਾਲ ਲੱਗਦੇ ਹਾਂ, ਅਤੇ ਆਖਰੀ ਪਿੰਡ ਆ ਜੀ ਆਪਣਾ ਨੌਰਾ ਜੀ। ਅਤੇ ਜਦੋਂ ਅਸੀਂ ਸਟੱਡੀ ਦੀ ਗੱਲ ਕਰਦੇ ਹਾਂ ਤਾਂ ਫਿਰ ਤੁਸੀਂ ਇੱਥੇ ਨੌਰਾ ਪਿੰਡ ਦੀ ਸਾਰੀ ਸਟੱਡੀ ਆਪਣੀ ਜਿਹੜੀ ਮੁੱਢਲੀ ਕੀਤੀ ਹੈਗੀ ਆ? ਹਾਂਜੀ, ਮੇਰੀ 8ਵੀਂ ਕਲਾਸ ਤੱਕ ਦੀ ਸਟੱਡੀ ਪਿੰਡ ਤੋਂ ਆ, ਅਤੇ ਉਸ ਤੋਂ ਬਾਅਦ ਮੈਂ +2 ਕੀਤੀ ਆ ਦੰਦਰਾਲਾ ਢੀਂਡਸਾ ਤੋਂ, ਅਤੇ ਉਸ ਤੋਂ ਬਾਅਦ ਮੈਂ BCA ਕੀਤੀ ਆ ਜੀ ਮਾਲਵਾ ਕਾਲਜ ਰੱਖੜਾ ਤੋਂ। ਅੱਛਾ ਜੀ, ਹਾਂਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਲਮ ਦੀ, ਮੈਂ ਪਹਿਲਾਂ ਵੀ ਕਹਿੰਦੀ ਸੀ ਕਿ ਕਲਮਾਂ ਹੱਥ 'ਚ ਫੜਨੀਆਂ ਤਾਂ ਸੌਖੀਆਂ, ਮੇਰੇ ਵਰਗਾ ਵੀ ਪੈੱਨ ਲੈ ਕੇ ਬੈਠਾ ਆ, ਪਰ ਲਿਖਣਾ ਬੜਾ ਔਖਾ ਆ। ਇਹ ਇਬਾਦਤ ਆ, ਇਹ ਕਿਸੇ ਕਿਸੇ ਨੂੰ ਬਖਸ਼ਿਸ਼ ਹੁੰਦੀ ਆ। ਅਤੇ ਇਹ ਤੁਹਾਡਾ ਇੱਧਰ ਲਿਖਣ ਵਾਲਾ ਸ਼ੌਕ ਕਦੋਂ ਸੀ, ਬਚਪਨ ਤੋਂ ਸੀ ਜਾਂ ਕਿਹੜੀ ਗੱਲ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ? ਕਾਲਜ ਖਤਮ ਹੋਇਆ ਜੀ, ਵਿਹਲੇ ਸੀਗੇ, ਵਿਹਲੇ ਵਜੋਂ ਲਿਖਣ ਲੱਗ ਗਏ, ਸੈੱਟ ਜਿਹਾ ਆ ਗਿਆ ਜੀ ਕੰਮ ਆਪਣਾ ਵੀ, ਅਤੇ ਪਰ ਇਹ ਚੀਜ਼ ਦਾ ਗਰਾਊਂਡ ਆਪਣਾ ਪਹਿਲਾਂ ਹੀ ਤਿਆਰ ਹੋ ਗਿਆ ਸੀ, ਕਿਉਂਕਿ ਮੈਂ ਬੱਬੂ ਮਾਨ ਸਾਹਿਬ ਦਾ ਬਹੁਤ ਵੱਡਾ ਮਰੀਜ਼ ਹਾਂ, ਉਹਨਾਂ ਦਾ ਫੈਨ ਹਾਂ, ਅਤੇ ਉਹਨਾਂ ਤੋਂ ਇੰਸਪਾਇਰ ਸੀਗੇ,
उस तो बाद बाकी मैं प्लस टू तक जी मेरी स्टडी सी ना उहदे विच मैं पंजाबी लिटरेचर दे नाल स्टडी कीती है। जदों बीसीए लई चले गए उदों मेरा मीडियम चेंज हो गया। जदों मीडियम चेंज हुंदा उदों आपां जिहड़ी चीज़ तों दूर जाने उहदे वल नूं खिच वी वधदी है ते मेरी पंजाबी वल नूं थोड़ा होर रुझान वधदा गया। मैं अपनियां प्लस वन दियां प्लस टू दियां किताबां उदां ही नाल पढ़दा रहा ते जिहड़े नाल दोस्त बीसीए सॉरी बीए वगैरह करदे सी उहनां तों किताबां लैंदा रहा। मेरा लिटरेचर ना हैगा सी लगा ਅਤੇ ਨਾਲ ਨਾਲ ਲਿਟਰੇਚਰ ਚੱਲਦਾ ਰਿਹਾ ਜੀ ਪੜ੍ਹਦੇ ਰਹੇ ਅਤੇ ਕੋਲੇਜ ਟਾਈਮ ਥੋੜ੍ਹੀ ਬਹੁਤ ਤੁਕਬੰਦੀ ਜੀ ਕਰਨੀ ਸਟਾਰਟ ਕਰਤੀ ਸੀਗੀ। ਉਹ ਫੋਨ 'ਚ ਲਿਖਦੇ ਸੀ ਬਾਅਦ 'ਚ ਫੋਨ ਵਗੈਰਾ ਵੀ ਖਰਾਬ ਹੋ ਗਿਆ। ਚਲੋ ਕੋਲੇਜ ਖਤਮ ਹੋਇਆ ਉਹ ਟਾਈਮ ਪੀਰੀਅਡ ਜਿਹੜਾ ਕੋਲੇਜ ਖਤਮ ਹੋਣ ਤੋਂ ਬਾਅਦ ਦਾ ਉਹ 'ਚ ਮੈਂ ਵਿਹਲਾ ਰਿਹਾ ਘਰ ਸੀਗਾ ਪੜ੍ਹਦੇ ਰਹੇ ਅਤੇ ਉਦੋਂ ਲਿਖਣ ਦਾ ਹੋ ਗਿਆ ਜੀ। ਉਦੋਂ ਮੈਂ ਬੇਸਿਕਲੀ ਗਾਣੇ ਲਿਖਣੇ ਉਦੋਂ ਸਟਾਰਟ ਕਰੇ ਨੇ। ਅਤੇ ਕਦੋਂ ਦੀ ਗੱਲ ਹੈ ਉਹ ਕਦੋਂ ਤੁਸੀਂ ਕਿਹੜੇ ਕਿਹੜੇ ਸਨ ਦੇ ਵਿੱਚ ਇਹੋ ਸ਼ੁਰੂ ਕੀਤਾ? ਹਾਂਜੀ ਮੈਂ 2009 ਦਾ ਪਾਸ ਆਊਟ ਸੀਗਾ ਤੇ ਉਸ ਤੋਂ ਬਾਅਦ ਮੈਂ ਲਿਖਦਾ ਲਿਖਦਾ ਗਿਆ ਤੇ ਮੈਂ ਪਲੱਸ ਸੋਰੀ 2012 ਦੇ ਵਿੱਚ ਪਹਿਲਾ ਗਾਣਾ ਲਿਖਿਆ। ਹਾਂਜੀ 2012 'ਚ ਮੈਂ ਪਹਿਲਾ ਗਾਣਾ ਲਿਖਿਆ ਜੀ। ਉਦੋਂ ਪਹਿਲੇ 10 ਕੁ ਗਾਣਿਆਂ ਦੇ ਵਿੱਚ ਮੇਰਾ ਗਾਣਾ ਸੀ ਬਾਗੀ ਜੱਟ ਜਿਹਨੇ ਮੈਨੂੰ ਪਛਾਣ ਬਖਸ਼ੀ। ਕੀ ਬਾਤ ਹੈ। ਤੇ ਜਦੋਂ ਅੱਛਾ ਰੁਪਿੰਦਰ ਜੀ ਜਦੋਂ ਅਸੀਂ ਗਾਣਾ ਲਿਖ ਲੈਂਦੇ ਆ ਤੇ ਹੁਣ ਲਿਖ ਲਿਆ ਤੁਸੀਂ ਬੜੀ ਮਿਹਨਤ ਕੀਤੀ ਆ। ਮੈਂ ਕਈ ਕਾਫੀ ਸੌਂਗ ਰਾਈਟਰਸ ਦੇ ਨਾਲ ਮੇਰੀ ਅਕਸਰ ਗੱਲਬਾਤ ਹੁੰਦੀ ਰਹਿੰਦੀ। ਉਹ ਕਹਿੰਦੇ ਕਈ ਵਾਰ ਤੇ ਅਸੀਂ ਲਿਖਣਾ ਸ਼ੁਰੂ ਕਰਦੇ ਆ ਤੇ ਝਟਪਟ ਗਾਣਾ ਲਿਖ ਹੋ ਗਿਆ ਤੇ ਕਈ ਵਾਰੀ ਕਹਿੰਦੇ ਅੰਤਰਾ ਜਾਂ ਜਿਹੜਾ ਉਹਦਾ ਲਾਸਟ ਕੋਈ ਹੁੰਦਾ ਪੈਰਾ ਉਹ ਕਹਿੰਦੇ ਐਸਾ ਅੜ ਜਾਂਦਾ ਆ ਉੱਥੇ ਤੁਕਬੰਦੀ ਬਣਦੀ ਹੋਈ ਨਹੀਂ। ਕਈ ਵਾਰੀ ਉਹ ਦੋ ਦੋ ਤਿੰਨ ਤਿੰਨ ਮਹੀਨੇ ਕੀ ਸਾਲ ਸਾਲ ਪਿਆ ਰਹਿੰਦਾ ਗਾਣਾ ਉਹ ਨਿਬੜਦਾ ਹੀ ਨਹੀਂ। ਇੱਦਾਂ ਹੁੰਦੀ ਆ ਵਾਕਈ ਹੁੰਦੀ ਆ? ਤੁਕਬੰਦੀ ਕਰਨੀ ਬਹੁਤ ਸੌਖੀ ਹੈ ਜੀ। ਜਦੋਂ ਤੁਸੀਂ ਕਿਸੇ ਕੰਮ 'ਚ ਪਰਪੱਕ ਹੋ ਜਾਂਦੇ ਹੋ ਤੁਕਬੰਦੀ ਬਹੁਤ ਸੌਖੀ ਆ, ਕਿਸੇ ਵੀ ਗੱਲ 'ਤੇ ਕਰ ਸਕਦੇ। ਪਰ ਥੌਟ ਵੱਡਾ ਹੋਣਾ ਉਹ ਬਹੁਤ ਜ਼ਰੂਰੀ ਆ। ਮੇਰੀ ਨਿਗਾਹ ਦੇ ਵਿੱਚ ਗੀਤ ਉਹੀ ਵੱਡਾ ਜਿਹਦਾ ਥੌਟ ਵੱਡਾ। ਥੌਟ ਤੁਹਾਡਾ ਜਦੋਂ ਤੁਸੀਂ ਕਿਸੇ ਗਾਣੇ ਨੂੰ ਸਟਾਰਟ ਕਰਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਉਹ ਆਈਡੀਆ ਹੁੰਦਾ ਮੈਂ ਕੀ ਲਿਖਣਾ ਚਾਹੁੰਦਾ। ਮੈਂ ਕਦੇ ਵੀ ਕੋਈ ਗਾਣਾ ਅਧੂਰਾ ਨਹੀਂ ਛੱਡਿਆ। ਜਦੋਂ ਵੀ ਮੈਂ ਲਿਖਣ ਲੱਗਦਾ ਮੈਂ ਇੱਕ ਵਾਰ 'ਚ ਕੰਪਲੀਟ ਕਰਦਾ ਗਾਣੇ ਨੂੰ ਜੀ। ਤੇ ਅੱਛਾ ਰੁਪਿੰਦਰ, ਜਦੋਂ ਹੁਣ ਅਸੀਂ ਗੱਲ ਕੀਤੀ ਕਿ ਪਹਿਲਾ ਗਾਣਾ ਲਿਖ ਲਿਆ, ਬੜਾ ਚਾਅ ਹੋਣਾ ਕਿ ਮੈਂ ਇੱਕ ਗਾਣਾ ਲਿਖ ਲਿਆ ਬਾਗੀ ਜੱਟ, ਤੇ ਫਿਰ ਦੂਜੀ ਥੌਟ ਕੀ ਆਈ ਕਿ ਕਿਹਦੀ ਆਵਾਜ਼ ਦੇ ਵਿੱਚ ਗਾਇਆ ਜਾਵੇ? ਕਿਉਂਕਿ ਬੜੀਆਂ ਬੁਲੰਦ ਆਵਾਜ਼ਾਂ ਪੰਜਾਬ ਦੇ ਵਿੱਚ, ਬੜੇ ਆਰਟਿਸਟ ਆ, ਬੜੇ ਸਿੰਗਰ ਵਧੀਆ ਵਧੀਆ ਆਵਾਜ਼ਾਂ ਵਾਲੇ ਆ, ਤੇ ਫਿਰ ਕਿਵੇਂ ਬੈਠ ਕੇ ਡਿਸਾਈਡ ਕੀਤਾ ਵੀ ਇਹਦੇ ਨਾਲ ਜਸਟੀਫਾਈ ਇਸ ਗਾਣੇ ਨਾਲ ਕੌਣ ਕਰੇਗਾ? ਕਿੰਨਾ ਔਖਾ ਸੀ ਉਹ ਚੁਣਨਾ? ਹਾਂਜੀ ਹਾਂਜੀ, ਜਦੋਂ ਪਹਿਲੇ ਗਾਣੇ ਕੁਛ ਲਿਖੇ ਉਦੋਂ ਇੰਨਾ ਸੋਚਿਆ ਨਹੀਂ ਸੀ ਵੀ ਗਾਣੇ ਦੇਣੇ ਆ ਕਿਸੇ ਨੂੰ। ਆਪਣਾ ਰੂਹ ਦਾ ਸਕੂਨ ਸੀਗਾ, ਕੋਈ ਜ਼ਿਆਦਾ ਸੋਚ ਕੇ ਮੈਂ ਲਿਖਣ ਇਹ ਲਾਈਨ 'ਚ ਆਇਆ ਨਹੀਂ, ਕੋਈ ਮੇਰਾ ਪਹਿਲਾਂ ਇਹ ਨਹੀਂ ਸੀ ਮੈਂ ਇਹ ਲਾਈਨ 'ਚ ਆਉਣਾ, ਆਪਣੇ ਆਪ ਜੀ ਹੋਇਆ ਜੋ ਹੋਇਆ। ਅਤੇ ਉਹ ਗਾਣਾ ਮੈਂ ਲਿਖਿਆ, ਇੱਦਾਂ ਹੀ ਥੋੜ੍ਹੇ ਜਿਹੇ ਗਾਣੇ ਲਿਖੇ ਸੀ ਮੈਂ, ਉਹ ਵੀ ਟੈਲੀਫੋਨ ਵਾਲੀ ਡਾਇਰੀ 'ਤੇ ਲਿਖ ਲਏ। ਮੈਂ ਕਿਹਾ ਚਲੋ ਇਹ ਕਿਹੜਾ ਭਰਨੀ ਆ ਕਦੇ, ਬਾਬੇ ਦੀ ਕਿਰਪਾ ਨਾਲ ਉਹ ਵੀ ਬਹੁਤ ਜਲਦੀ, ਉਹ ਵੀ ਬਹੁਤ ਜਲਦੀ ਭਰ ਗਈ ਹੈ ਨਾ। ਅਤੇ ਇਹ ਗਾਣੇ ਦਾ ਇੱਦਾਂ ਸਬੱਬ ਬਣਿਆ, ਮੇਰੇ ਰਿਲੇਟਿਵ ਨੇ ਗੁਰਿੰਦਰ ਰਾਏ, ਬੁਲੰਦ ਆਵਾਜ਼ ਪੰਜਾਬ ਦੀ ਨਵਾਂ ਮੁੰਡਾ, ਅਤੇ ਭਾਜੀ ਉਹ ਜਿੱਦਾਂ ਜੇ ਇਹ ਕਹਿ ਸਕਦੇ ਹਾਂ ਵੀ ਜੇ ਉਹ ਮੇਰੇ ਰਿਸ਼ਤੇਦਾਰ ਨੇ, ਇਸ ਕਰਕੇ ਨਹੀਂ ਮੈਂ ਉਹਨਾਂ ਦੀ ਤਾਰੀਫ ਕਰ ਰਿਹਾ, ਉਹ ਬਹੁਤ ਹੀ ਤਕੜੇ ਸਿੰਗਰ ਨੇ ਜਿਹਨਾਂ ਨੂੰ ਆਪਾਂ ਕਹਿ ਲਈਏ, ਬਹੁਤ ਬੁਲੰਦ ਆਵਾਜ਼ ਫੂਕ ਹੈ ਨਾ। ਅਤੇ ਉਹ ਇੱਦਾਂ ਹੀ ਮੈਨੂੰ ਮਿਲੇ, ਉਹਨਾਂ ਨੂੰ ਮੈਂ ਗਾਣੇ ਸੁਣਾਏ, 10 ਕੁ ਗਾਣੇ ਸੁਣਾਏ ਮੈਨੂੰ ਭਾਜੀ, ਕਹਿੰਦੇ ਰੁਪਿੰਦਰ ਆਹ ਗਾਣਾ ਦੇ ਦੇ, ਚਲੋ ਉਹ ਮੈਂ ਗਾਣਾ ਉਹਨਾਂ ਨੂੰ ਦਿੰਦਾ। ਉਸ ਤੋਂ ਬਾਅਦ ਭਾਜੀ ਦਾ ਸਬੱਬ ਬਣਦਾ, ਬਾਦਸ਼ਾਹ ਰੈਪਰ ਬਹੁਤ ਵੱਡਾ ਨਾਮ ਆ ਜੀ ਅੱਜ ਦੇ ਟਾਈਮ। ਹਾਂਜੀ, ਅਤੇ ਉਹਨਾਂ ਨੇ ਬਾਦਸ਼ਾਹ ਭਾਜੀ ਨੂੰ ਗਾਣਾ ਸੁਣਾਇਆ, ਅਤੇ ਬਾਦਸ਼ਾਹ ਭਾਜੀ ਨੇ ਪਹਿਲੇ 2-3 ਗਾਣਿਆਂ ਦੇ ਵਿੱਚ ਉਹ ਸਿਲੈਕਟ ਕਰ ਲਿਆ, ਕਹਿੰਦੇ ਗੁਰਿੰਦਰ ਆਪਾਂ ਇਹੀ ਗਾਣਾ ਕਰਾਂਗੇ। ਅਤੇ ਉਹ ਗਾਣਾ ਆਪਣੇ 2015 ਦੇ ਵਿੱਚ ਰਿਲੀਜ਼ ਹੋਇਆ ਜੀ। 12 ਦੇ ਵਿੱਚ ਗਾਣਾ ਲਿਖਿਆ, 13-14 ਦੇ ਵਿੱਚ ਮੇਰਾ ਰਿਕਾਰਡ ਹੋਇਆ, ਅਤੇ 15 'ਚ ਰਿਲੀਜ਼ ਹੁੰਦਾ ਜੀ ਉਹ ਗਾਣਾ। ਬਹੁਤ ਵਧੀਆ, ਔਰ ਬੜਾ ਵਧੀਆ ਗਾਣਾ ਤੁਹਾਡਾ ਉਹ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਪਹਿਲਾ ਗਾਣਾ ਜਦੋਂ ਨਿਕਲ ਕੇ ਆਇਆ ਅਤੇ ਰੁਪਿੰਦਰ ਸੰਧੂ ਦਾ ਨਾਂ ਵੀ ਨਾਲ ਹੀ ਨਿਕਲ ਕੇ ਆਇਆ, ਤੇ ਕਿਵੇਂ ਦਾ ਉਹ ਅਹਿਸਾਸ ਸੀ, ਕਿਵੇਂ ਫੀਲ ਕੀਤਾ ਤੁਸੀਂ ਉਸ ਪ੍ਰੋਜੈਕਟ ਤੋਂ ਬਾਅਦ? ਕਿੰਨਾ ਕੁ ਹੋਰ ਮੋਟੀਵੇਸ਼ਨ ਤੁਹਾਨੂੰ ਮਿਲੀ ਕਿ ਬਈ ਮੈਂ ਤਾਂ ਹੁਣ ਗਾਣੇ ਲਿਖਣੇ ਆ? ਉਹ ਗਾਣਾ ਵੀ ਆ ਗਿਆ ਜੀ, ਤੇ ਮੈਨੂੰ ਪਤਾ ਜੀ ਨਹੀਂ ਲੱਗਿਆ, ਬਹੁਤ ਕਾਲੀ ਕਾਲੀ 'ਚ ਹੋਇਆ ਹੈ ਨਾ ਉਹ ਗਾਣੇ ਦੇ ਪੋਸਟਰ ਵਗੈਰਾ ਲੋਕਾਂ ਨੇ, ਬਾਈਕ ਵਗੈਰਾ ਤੇ ਬਾਗੀ ਜੱਟ, ਮੈਂ ਟਰੱਕਾਂ ਪਿੱਛੇ ਵੀ ਦੇਖਿਆ ਬਾਗੀ ਜੱਟ ਹੱਥ ਨਹੀਂ ਆਉਣਾ, ਉਹ ਬਹੁਤ ਸਹਿਜੇ ਹੀ ਹੋਇਆ ਸਾਰਾ ਕੁਛ। ਉਸ ਤੋਂ ਬਾਅਦ ਮੈਂ ਅਗਲੇ ਪ੍ਰੋਜੈਕਟ ਲਈ, ਮੇਰਾ ਫਰੈਂਡ ਆ ਹਰਮਨ ਢੀਂਡਸਾ, ਅਸੀਂ ਅਗਲੇ ਪ੍ਰੋਜੈਕਟ ਦੇ ਵਿੱਚ ਰੁੱਝ ਗਏ, ਟੌਰ ਤਬਾਹੀ, ਅਤੇ ਉਹ ਗਾਣਾ ਨਾਲ ਦੀ ਨਾਲ ਬਾਗੀ ਜੱਟ ਚੱਲਦਾ ਰਿਹਾ। ਮੈਨੂੰ ਇਹ ਸੀ ਵੀ ਬਾਗੀ ਜੱਟ ਆ ਗਿਆ, ਠੀਕ ਆ ਇਹਦੇ 'ਤੇ ਨਹੀਂ ਰੁਕਣਾ, ਕਿਉਂਕਿ ਉਸ ਤੋਂ ਅੱਗੇ ਵੀ ਕੰਮ ਕਰਨਾ, ਕਿਉਂਕਿ ਮੈਂ ਇਹਨੂੰ ਆਪਣਾ ਹੁਣ ਕਿੱਤਾ ਬਣਾ ਲਿਆ ਸੀ। ਫਿਰ ਅੱਗੇ ਅੱਗੇ ਚੱਲ ਸੋ ਚੱਲ ਚੱਲਦਾ ਰਿਹਾ, ਫਿਰ ਅਸੀਂ 1 ਸਾਲ ਲਾ ਕੇ ਟੌਰ ਤਬਾਹੀ ਪ੍ਰੋਜੈਕਟ ਰੈਡੀ ਕੀਤਾ ਜੀ। ਉਹ ਗਾਣਾ ਵੀ ਕਾਫੀ ਉਹਦੇ ਨਾਲ ਚੀਜ਼ਾਂ ਜੁੜੀਆਂ ਨੇ। ਉਹ ਗਾਣੇ 'ਚ ਇੱਕ ਮੈਂ ਲਾਈਨ ਪਾਈ ਸੀ ਕਿ ਰੀਸ ਕਰੂ 9 ਲੱਖਾਂ ਸੂਟ ਮੋਦੀ ਦਾ,
ਜਦੋਂ ਮੋਦੀ ਸਾਹਿਬ ਨੇ 9 ਲੱਖਾਂ ਸੂਟ ਪਾਇਆ 26 ਜਨਵਰੀ ਨੂੰ ਤੇ ਉਹ ਗਾਣੇ ਨੂੰ ਸੈਂਸਰ ਬੋਰਡ ਨੇ ਪਹਿਲੀ ਵਾਰ ਮੈਨੂੰ ਲੱਗਦਾ ਵੀ ਪੰਜਾਬ ਦਾ ਪਹਿਲਾ ਗਾਣਾ ਹੋਣਾ ਜਿਹੜਾ ਸੈਂਸਰ ਬੋਰਡ ਉਹਦੇ ਚ ਬੀਪ ਲਾਇਆ ਮੋਦੀ ਵਰਡ ਦੇ ਉੱਤੇ ਬੀਪ ਕਹੀ ਤੇ ਉਹ ਗਾਣੇ ਚ ਚਲੋ ਉਦੋਂ ਹੋਇਆ ਆਪਾਂ ਉਦੋਂ ਵੀ ਕੋਈ ਲਾਈਵ ਦਾ ਚਲੋ ਜ਼ਮਾਨਾ ਨਹੀਂ ਸੀ ਮੈਂ ਕਿਤੇ ਵੀ ਇਹ ਚੀਜ਼ ਰਿਵੀਲ ਨਹੀਂ ਕਰੀ ਵੀ ਮੇਰਾ ਗਾਣਾ ਬੈਨ ਹੋ ਗਿਆ ਮੈਂ ਕਿਹਾ ਵੀ ਨਹੀਂ ਬਹੁਤ ਸਸਤੀ ਸੌਰਤ ਆ ਜੇ ਆਪਾਂ ਏਦਾਂ ਰੌਲਾ ਪਾ ਕੇ ਉਹ ਕਰਾਂਗੇ ਉਹ ਗਾਣਾ ਵੀ ਨਿਕਲ ਗਿਆ ਵਿੱਚ ਵਧੀਆ ਰਿਹਾ ਉਸ ਤੋਂ ਅੱਗੇ ਚੱਲਦਾ ਰਿਹਾ ਕੰਮ ਜੀ ਅਕਸਰ ਹੁੰਦਾ ਆ ਰੁਪਿੰਦਰ ਜੀ ਕਿ ਜਦੋਂ ਗਾਣਾ ਕੁਛ ਇੱਦਾਂ ਦਾ ਸੈਂਸਰ ਬੋਰਡ ਕਰ ਦਿੰਦਾ ਅਤੇ ਉਹਦੀ ਬੜੀ ਕੰਟਰੋਵਰਸੀ ਹੁੰਦੀ ਆ ਅਤੇ ਲੋਕ ਉਹਦੇ ਤੋਂ ਬੜੀ ਪ੍ਰਸਿੱਧੀ ਹਾਸਲ ਕਰਦੇ ਪਾਪੂਲਰ ਹੁੰਦੇ ਆ ਵੀ ਮੇਰਾ ਗਾਣਾ 'ਤੇ ਬੈਨ ਹੋ ਗਿਆ ਅਕਸਰ ਦੇਖਿਆ ਜਾਂਦਾ ਇਹੋ ਜਿਹੇ ਸ਼ੋਸ਼ੇ ਛੱਡੇ ਜਾਂਦੇ ਆ ਪਰ ਮੈਨੂੰ ਚੰਗਾ ਲੱਗਾ ਤੁਹਾਡੀ ਸੋਚ ਕਿ ਕੋਈ ਗੱਲ ਨਹੀਂ ਮਿਹਨਤ ਨਾਲ ਤਰੱਕੀ ਨਾਲ ਅੱਗੇ ਵੱਧਦੇ ਜਾਓ ਸ਼ੋਰਟਕੱਟ ਨਹੀਂ ਅਪਣਾਉਣੇ ਚਾਹੀਦੇ ਫਸਲ ਅਤੇ ਨਸਲ ਮੈਨੂੰ ਇਹ ਗਾਣਾ ਤੁਹਾਡਾ ਬੜਾ ਵਧੀਆ ਲੱਗਾ ਸੋਚ ਬੜੀ ਵਧੀਆ ਸੀ ਇਹ ਕਿਵੇਂ ਸੋਚਿਆ ਕਿਵੇਂ ਜਹਿਨ ਦੇ ਵਿੱਚ ਆਇਆ ਆਵਾਜ਼ ਬੁਲਾਉਂਦੇ ਆ ਪਰ ਤੁਹਾਡੇ ਜਿਹੜੇ ਲਿਖੇ ਹੋਏ ਲਫ਼ਜ਼ ਆ ਨਾ ਉਸ ਗੀਤ ਦੇ ਵਿੱਚ ਉਹ ਬੜੇ ਵਧੀਆ ਆ ਇਹ ਗਾਣਾ ਜਦੋਂ ਆਰਡੀਨੈਂਸ ਆਇਆ ਤੇ ਮੈਂ ਉਦੋਂ ਲਿਖਿਆ ਸੀਗਾ ਜੀ ਕਿਉਂਕਿ ਮੈਨੂੰ ਸੋਸ਼ਲ ਸਮਾਜਿਕ ਗਾਣੇ ਲਿਖਣਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਜੀ ਤੇ ਉਦੋਂ ਆਰਡੀਨੈਂਸ ਆਉਂਦੇ ਆ ਮੈਂ ਉਦੋਂ ਗਾਣਾ ਲਿਖਿਆ ਸੀ ਇਹ ਤੇ ਇੱਦਾਂ ਹੀ ਜੋ ਆਪਾਂ ਆਲਾ ਦੁਆਲਾ ਦੇਖਦੇ ਹਾਂ ਆਪਣਾ ਜੋ ਵਰਤਾਰਾ ਵਰਤ ਰਿਹਾ ਤੇ ਜਿੱਦਾਂ ਦੇ ਹਾਲਾਤ ਨੇ ਉਹ ਚੀਜ਼ ਨੂੰ ਕਲਮਬੱਧ ਕੀਤਾ ਸੀ ਜੀ ਤੇ ਅਕਸਰ ਜਦੋਂ ਅੰਦੋਲਨ ਦੇ ਆਲੇ ਦੁਆਲੇ ਜਦੋਂ ਚੱਲਦੇ ਆ ਸੀ ਕਿਸਾਨ ਅੰਦੋਲਨ ਤੇ ਬਹੁਤ ਸਾਰੇ ਸਿੰਗਰਸ ਨੇ ਗਾਣੇ ਗਾਏ ਇਸ ਪਾਸੇ ਨੂੰ ਆਏ ਇੱਕ ਨੇ ਦੋ ਨੇ ਬੜੇ ਗਾਣੇ ਨਿਕਲੇ ਅੰਦੋਲਨ ਨੂੰ ਲੈ ਕੇ ਤੇ ਉਸ ਤੋਂ ਬਾਅਦ ਇੱਕਦਮ ਹੀ ਸਾਰੇ ਗਾਣਿਆਂ ਤੇ ਵੀ ਬਹੁਤ ਪਾਬੰਦੀਆਂ ਲੱਗ ਗਈਆਂ ਕਿ ਤੁਸੀਂ ਭੜਕਾਊ ਗਾਣੇ ਨਹੀਂ ਗਾ ਸਕਦੇ ਤੁਸੀਂ ਨਾਂ ਲੈ ਕੇ ਨਹੀਂ ਗਾ ਸਕਦੇ ਸੋ ਬੜਾ ਕੁਛ ਹੋਇਆ ਤੁਹਾਡੇ ਇਸ ਗਾਣੇ ਨਾਲ ਤੇ ਨਹੀਂ ਕੁਛ ਇਹੋ ਜਿਹਾ ਹੋਇਆ ਨਹੀਂ ਨਹੀਂ ਕੁਛ ਨਹੀਂ ਹੋਇਆ ਜੀ ਇੱਦਾਂ ਦਾ ਤੇ ਆਪਣਾ ਵੀ ਕੋਈ ਇੱਦਾਂ ਦਾ ਮੋਟਿਵ ਨਹੀਂ ਹੁੰਦਾ ਵੀ ਗਾਣੇ ਨੂੰ ਬਹੁਤ ਪ੍ਰਮੋਟ ਕਰਨਾ ਜਾਂ ਮੈਂ ਆਪਣੇ ਚੈਨਲ ਤੇ ਕੀਤਾ ਗਾਣਾ ਤੇ ਪਾਤਾ ਤੇ ਜਿਹਨੇ ਸੁਣਨਾ ਮੇਰਾ ਇਹੀ ਹੁੰਦਾ ਵੀ ਜਿਹਨੇ ਗਾਣਾ ਸੁਣਨਾ ਸੁਣ ਲੂਗਾ ਵੀ ਨਹੀਂ ਸੁਣਨਾ ਕੋਈ ਪ੍ਰੋਬਲਮ ਨਹੀਂ ਇੱਕ ਗਾਣਾ ਇੱਦਾਂ ਦੀ ਚੀਜ਼ ਆ ਵੀ ਜਿਹੜਾ ਅਮਰ ਰਹਿਣਾ ਜਦੋਂ ਪੈ ਗਿਆ ਨੈੱਟ ਤੇ ਜਾਂ ਕਿਤੇ ਵੀ ਉਹ ਗਾਣੇ ਦੇ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਦਿਮਾਗ ਦੇ ਵਿੱਚ ਵੱਜਣਾ ਹੁਣ ਇੱਦਾਂ ਹੀ ਹੋਇਆ ਉਸ ਤੋਂ ਪਹਿਲਾਂ 7 ਸਾਲ ਹੋ ਗਏ ਮੈਂ ਇੱਕ ਗਾਣਾ ਕੀਤਾ ਸੀ ਸੰਘਰਸ਼ੇ ਕੌਮ ਉਹ 'ਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀ ਸੀ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਬੈਠੇ ਸੀਗੇ ਆਪਣੇ ਧਰਨੇ 'ਤੇ ਜੀ ਜੀ ਤੇ ਉਹ ਚੀਜ਼ ਮੈਂ ਹੁਣ ਰਾਹ 'ਤੇ ਸੁਣ ਰਿਹਾ ਸੀ ਮੈਂ ਕਿਹਾ ਵੀ ਇਹ ਗਾਣਾ ਵੀ ਆਪਾਂ ਨੇ ਲਿਖਿਆ ਸੀ ਅਤੇ ਉਹਦੇ 'ਚ ਕੁਛ ਇੱਦਾਂ ਦੀਆਂ ਗੱਲਾਂ ਸੀਗੀਆਂ ਜੋ 7 ਸਾਲ ਪਹਿਲਾਂ ਕਹੀਆਂ ਸੀ ਇਹ ਸੋਚ ਕੇ ਲੱਗਦਾ ਵੀ ਲਿਖਤ ਕਦੇ ਨਹੀਂ ਮਰਦੀ ਲਿਖਤ ਅਮਰਾ ਜੀ ਬਿਲਕੁਲ ਜੀ ਸੋਚ ਜਦੋਂ ਇਨਸਾਨ ਦੀ ਕਹਿੰਦੇ ਪਰਪੱਕ ਹੁੰਦੀ ਹੈ ਨਾ ਬੰਦਾ ਸੋਚ ਹੀ ਲੈਂਦਾ ਕਿ ਮੈਂ ਚੰਗਾ ਕੰਮ ਹੀ ਕਰਨਾ ਸਮਾਜਿਕ ਮੁੱਦਿਆਂ 'ਤੇ ਵੀ ਗੱਲ ਕਰਨੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅੱਜ ਤੋਂ 7 ਸਾਲ ਪਹਿਲਾਂ ਤੁਸੀਂ ਗਾਣਾ ਲਿਖਿਆ ਸੀ ਅਤੇ ਅੱਜ ਕੱਲ੍ਹ ਹੁਣ ਇਲੈਕਸ਼ਨ ਚੱਲ ਰਹੀ ਆ ਅਤੇ ਇਹ ਵੀ ਹੁਣ ਗੱਲਬਾਤ ਫਿਰ ਮੁੜਕ ਤੋਂ ਉੱਠੀ ਆ ਪਰ ਕਿਤੇ ਨਾ ਕਿਤੇ ਚਲੋ ਅਸੀਂ ਇਹ ਸ਼ੋਅ ਇਸ ਬਾਬਤ ਨਹੀਂ ਕਰ ਰਹੇ ਅਤੇ ਪਰ ਵਧੀਆ ਤੁਹਾਡੀ ਸੋਚ ਮੈਨੂੰ ਚੰਗੀ ਲੱਗੀ ਕਿ ਤੁਸੀਂ ਇਹ ਗਾਣਾ ਵੀ ਲਿਖਿਆ ਸੀ ਕਿਉਂਕਿ ਝੰਜੋੜਨਾ ਵੀ ਚਾਹੀਦਾ ਆਪਣੀ ਨੌਜਵਾਨ ਪੀੜ੍ਹੀ ਨੂੰ ਕਿ ਅਸੀਂ ਕੌਣ ਆ ਅਤੇ ਕੀ ਸਾਡੀਆਂ ਪ੍ਰਾਪਤੀਆਂ ਆ ਸੋ ਅਸੀਂ ਗਾਣਿਆਂ ਦੀ ਜਦੋਂ ਰੁਪਿੰਦਰ ਗੱਲ ਕਰਦੇ ਹਾਂ ਹੁਣ ਨੌਜਵਾਨਾਂ ਦੇ ਵਿੱਚ ਤੁਹਾਡੇ ਵਰਗੇ ਜਦੋਂ ਨੌਜਵਾਨ ਆਉਂਦੇ ਆ ਗਾਣੇ ਵਧੀਆ ਲਿਖਦੇ ਆ ਪਰ ਅੱਜ ਕੱਲ੍ਹ ਗਾਇਕੀ ਜਿਹੜੀ ਉਹ ਇੱਕ ਹੋਰ ਹੀ ਪਾਸੇ ਨੂੰ ਤੁਰੀ ਆ ਕਿਸਾਨ ਅੰਦੋਲਨ ਦੀ ਜੇ ਮੈਂ ਗੱਲ ਕਰਾਂ ਉਦੋਂ ਗਾਇਕੀ ਦਾ ਇੱਕਦਮ ਰੁੱਖ ਬਦਲ ਗਿਆ ਸੀ ਹਰ ਕਿਸੇ ਦੀ ਗੱਡੀ 'ਚ ਕਿਸਾਨੀ ਅੰਦੋਲਨ ਦੇ ਗਾਣੇ ਵੱਜਦੇ ਸੀ ਪਰ ਮੁੜ ਕੇ ਹੁਣ ਫਿਰ ਉਸ ਨੂੰ ਠੱਲ ਪੈ ਗਈ ਆ ਅਤੇ ਹੁਣ ਫਿਰ ਮਿਊਜ਼ਿਕ ਹੋਰ ਪਾਸੇ ਤੁਰ ਪਿਆ ਆ ਅਤੇ ਨੌਜਵਾਨ ਪੀੜ੍ਹੀ ਗਾਣਿਆਂ ਦੇ ਵਿੱਚ ਕੁਛ ਹੋਰ ਹੀ ਦੇਖਣਾ ਚਾਹੁੰਦੀ ਆ ਪਰ ਤੁਹਾਡੇ ਗਾਣੇ ਜਿਹੜੇ ਆ ਤੁਸੀਂ ਕਿਸ ਕਿਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਲਿਖਦੇ ਆ ਸਮਾਜਿਕ ਕੁਰੀਤੀਆਂ ਸਮਾਜ ਵਿੱਚ ਕੀ ਹੋ ਰਿਹਾ ਕੀ ਸੋਚ ਤੁਹਾਡੀ ਹੁੰਦੀ ਹੈ ਜੋ ਤੁਸੀਂ ਇੱਕ ਗਾਣਾ ਲਿਖਣ ਲੱਗਦੇ ਆ ਜਦੋਂ ਹੀ ਤੁਸੀਂ ਪੜ੍ਹਦੇ ਹੋ ਜਦੋਂ ਤੁਸੀਂ ਪੜ੍ਹਦੇ ਜਾਂਦੇ ਹੋ ਨਾ ਉਦੋਂ ਤੁਹਾਡੀ ਸੋਚ ਵੀ ਡਿਵੈਲਪ ਹੁੰਦੀ ਆ ਜਿੱਦਾਂ ਕਿ ਆਪਾਂ ਐਕਸਰਸਾਈਜ਼ ਕਰਦੇ ਹਾਂ ਬੋਡੀ ਉੱਦਾਂ ਹੀ ਪੜ੍ਹਨ ਦੇ ਨਾਲ ਦਿਮਾਗ ਵੀ ਤੰਦਰੁਸਤ ਹੁੰਦਾ ਬਹੁਤ ਚੀਜ਼ਾਂ ਤੁਹਾਡੀਆਂ ਪਰਦੇ ਲੈਂਦੇ ਨੇ ਮੈਲ ਰਹਿੰਦੀ ਆ ਮੇਰੇ ਹਿਸਾਬ ਨਾਲ ਪੜ੍ਹਨ ਨਾਲ ਉਦੋਂ ਤੁਹਾਡੇ ਥੋਟ ਆਪਣੇ ਆਪ ਸਟਰੋਂਗ ਹੁੰਦੇ ਜਾਂਦੇ ਆ ਮੈਨੂੰ ਵੀ ਇਹੀ ਲੱਗਦਾ ਵੀ ਜਿੰਨਾ ਤੁਸੀਂ ਪੜ੍ਹੋਗੇ ਥੋਟ ਵੱਡੇ ਹੋਣਗੇ ਤੁਹਾਡੇ ਅਤੇ ਗਾਣੇ ਆਪਣੇ ਆਪ ਹੀ ਵਧੀਆ ਬਣੇ ਤੁਕਬੰਦੀ ਹਰੇਕ ਬੰਦਾ ਕਰ ਲੈਂਦਾ ਤੁਕਬੰਦੀ ਨੇ ਚੱਲੀ ਜਾਣਾ ਥੋਟ ਨੂੰ ਵੱਡਾ ਕਰੋ ਗਾਣੇ ਵਧੀਆ ਹੀ ਬਣਨਗੇ ਗਾਣਾ ਕਦੇ ਮਾੜਾ ਨਹੀਂ ਬਣਦਾ ਜੀ ਬਿਲਕੁਲ ਸੋਚਣ ਦਾ ਦਾਇਰਾ ਇਨਸਾਨ ਦਾ ਜਿਹੜਾ ਵੱਡਾ ਬਿਲਕੁਲ ਜੀ ਬਿਲਕੁਲ ਬੜਾ ਵਧੀਆ ਤੁਹਾਡੀ ਸੋਚ ਆ ਤੇ ਅਕਸਰ ਅਸੀਂ ਇੱਕ ਗੱਲ ਇਹ ਵੀ ਬੜੀ ਮਸ਼ਹੂਰ ਆ ਕਿ ਜਿਹੜਾ ਸਿੰਗਰ ਉਹ ਤਾਂ ਗਾਣਾ ਗਾ ਕੇ ਲੋਕਾਂ ਦੇ ਸਾਹਮਣੇ ਸਕਰੀਨ 'ਤੇ ਆ ਜਾਂਦਾ ਲੋਕਾਂ ਨੂੰ ਪਤਾ ਕਿ ਇਹਦੀ ਆਵਾਜ਼ ਦੇ ਵਿੱਚ ਗਾਣਾ ਆਇਆ ਪਰ ਜਿਹੜਾ ਰਾਈਟਰ ਆ ਜਿਹਦੀ ਸਾਰੀ ਮਿਹਨਤ ਆ ਜਿਹਨੇ ਉਹ ਸੋਚ ਜਿਹਦੀ ਥੋਟ ਜਿਹਨੇ ਕੰਮ ਕੀਤਾ ਲਿਖਿਆ ਇੱਕ ਪ੍ਰੋਜੈਕਟ ਲਿਆਂਦਾ ਉਹਦਾ ਲਾਸਟ ਪੈਰੇ ਦੇ ਵਿੱਚ ਨਾਂ ਆਉਂਦਾ ਆ ਕਈ ਵਾਰੀ ਸਿਰਫ ਪਿੰਡ ਦਾ ਨਾਂ ਜਾਂ ਛੋਟਾ ਨਾਂ
ਜਾਂ ਜਿਹੜਾ ਵੀ ਉਹਨੇ ਨਾਂ ਆਪਣਾ ਚੁਣਿਆ ਹੁੰਦਾ ਤੇ ਕਈ ਵਾਰੀ ਲੋਕ ਜਿਹੜਾ ਆ ਉਹ ਸਿੰਗਰ ਤੇ ਮਸ਼ਹੂਰ ਬਹੁਤ ਹੋ ਜਾਂਦਾ ਪਰ ਸੌਂਗ ਰਾਈਟਰ ਬਹੁਤ ਪਿੱਛੇ ਰਹਿ ਜਾਂਦਾ ਸੋ ਜਦੋਂ ਚੋਣ ਕਰਨੀ ਹੁੰਦੀ ਆ ਗੀਤ ਕਿਸੇ ਨੂੰ ਦੇਣਾ ਹੁੰਦਾ ਤੇ ਅਕਸਰ ਜਿਹੜੇ ਸੌਂਗ ਰਾਈਟਰ ਆ ਬਹੁਤਿਆਂ ਨਾਲ ਮੈਂ ਜਦੋਂ ਗੱਲ ਕਰਦੀ ਉਹ ਕਹਿੰਦੇ ਵੀ ਸਾਨੂੰ ਸਾਡਾ ਮੁੱਲ ਨਹੀਂ ਪੈਂਦਾ ਗਾਣਿਆਂ ਦਾ ਜੋ ਅਸੀਂ ਮਿਹਨਤ ਕਰਦੇ ਹਾਂ ਸਾਨੂੰ ਉਹ ਮਿਹਨਤਾਨਾ ਨਹੀਂ ਮਿਲਦਾ ਸੋ ਤੁਸੀਂ ਇਸ ਬਾਰੇ ਕੀ ਕਹੋਗੇ ਇਹਦੇ ਬਾਰੇ ਜੀ ਗੱਲ ਇਹ ਆ ਵੀ ਬਹੁਤੇ ਰਾਈਟਰ ਡੈਰੀ ਚਾ ਕੇ ਭੱਜਦੇ ਨੇ ਸਿੰਗਰਾਂ ਪਿੱਛੇ ਪੁੱਤ ਹੁੰਦੇ ਨੇ ਗਾਣੇ ਉਹਨਾਂ ਨੂੰ ਵੇਚਣ ਨੂੰ ਭੱਜੇ ਫਿਰਦੇ ਆ ਮੈਨੂੰ ਲੱਗਦਾ ਪੁੱਤ ਦਾ ਵਿਆਹ ਕਰਨਾ ਠੀਕ ਆ ਗਾਣੇ ਨੂੰ ਵੇਚਣ ਵਾਲਾ ਕੰਮ ਠੀਕ ਆ ਆਪਣਾ ਕਿੱਤਾ ਜੋਬ ਆ ਹਨਾ ਪਰ ਕਿਸੇ ਦੀ ਮਿਹਨਤ ਕਰਕੇ ਬਾਈ ਗਾਣਾ ਲੈ ਲਓ ਉਹ ਕੰਮ ਬਹੁਤ ਖਰਾਬ ਆ ਇਸੇ ਕਰਕੇ ਰਾਈਟਰਾਂ ਦਾ ਸ਼ਿਕਵਾ ਇਹ ਚੀਜ਼ 'ਤੇ ਮੈਂ ਤਾਂ ਜਿੰਨਾ ਕੁ ਕੰਮ ਕਰ ਰਿਹਾ ਆਪਣੇ ਯਾਰਾਂ ਦੋਸਤਾਂ ਨਾਲੇ ਕਰ ਰਿਹਾ ਜੀ ਮੈਨੂੰ ਕੋਈ ਇਹ ਨਹੀਂ ਹੁੰਦਾ ਮੇਰਾ ਬਹੁਤ ਵੱਡੇ ਕਿਸੇ ਨਾਮੀ ਕਲਾਕਾਰ ਨਾਲ ਗਾਣਾ ਆਵੇ ਜਿੰਨੇ ਫਰੈਂਡ ਸਰਕਲ ਦੇ ਵਿੱਚ ਮੁੰਡੇ ਨੇ ਸਾਰਿਆਂ ਨਾਲ ਕਰ ਰਿਹਾ ਤੇ ਬਹੁਤ ਵਧੀਆ ਚੱਲ ਰਿਹਾ ਜੀ ਆਪਣਾ ਤਾਂ ਤੇ ਬਸ ਇਹ ਹੁੰਦਾ ਵੀ ਰਲ ਮਿਲ ਕੇ ਬਣਾਈ ਜਾਂਦੇ ਆ ਪ੍ਰੋਜੈਕਟ ਕਦੇ ਇਹ ਨਹੀਂ ਸੋਚਿਆ ਵੀ ਬਹੁਤ ਵੱਡਾ ਹਿੱਟ ਜਾਵੇ ਨਹੀਂ ਜਾਊ ਹਿੱਟ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਹਿੱਟ ਹੋ ਗਿਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਪਣਾ ਕੰਮ ਆਈ ਬਸ ਚੱਲੀ ਜਾਂਦਾ ਬੜਾ ਚੰਗਾ ਕਿਹਾ ਤੁਸੀਂ ਕਿ ਇਹ ਤਾਂ ਮੇਰੀ ਕਲਮ ਚੋਂ ਨਿਕਲੇ ਹੋਏ ਗਾਣੇ ਤਾਂ ਮੇਰੇ ਪੁੱਤਾਂ ਵਰਗੇ ਆ ਤੇ ਮੈਂ ਇਹਨਾਂ ਦਾ ਮੁੱਲ ਨਹੀਂ ਪਵਾਉਣ ਜਾਣਾ ਜਿਹਨੂੰ ਲੋੜ ਆ ਵਧੀਆ ਕਲਮ ਦੀ ਜਿਹਨਾਂ ਨੂੰ ਜਿਹੜੇ ਵਧੀਆ ਸਿੰਗਰ ਆ ਜਿਹਨਾਂ ਨੂੰ ਲੱਗਦਾ ਕਿ ਮੈਂ ਕੋਈ ਵਧੀਆ ਪ੍ਰੋਜੈਕਟ ਲਿਆਵਾਂ ਤੇ ਉਹ ਆਪੇ ਤੁਹਾਡੇ ਤੱਕ ਪਹੁੰਚ ਕਰ ਲੈਣਗੇ ਸੋ ਸੋਹਣੀ ਸੋਚ ਆ ਰੁਪਿੰਦਰ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਬਹੁਤੇ ਸੌਂਗ ਰਾਈਟਰ ਕੈਮਰੇ ਦੇ ਅੱਗੇ ਨਹੀਂ ਆਉਂਦੇ ਪਿੱਛੇ ਹੁੰਦੇ ਆ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਸਿਰਫ ਨਾ ਹੀ ਸੁਣੇ ਹੁੰਦੇ ਆ ਪਰ ਕਦੀ ਅਸੀਂ ਉਹਨਾਂ ਨੂੰ ਦੇਖਿਆ ਨਹੀਂ ਹੁੰਦਾ ਸਿਰਫ ਗਾਣੇ ਦੇ ਵਿੱਚ ਨਾ ਹੀ ਸੁਣਿਆ ਹੁੰਦਾ ਤੇ ਤੁਸੀਂ ਕਾਲਜ ਯੂਨੀਵਰਸਿਟੀ ਤੱਕ ਗਏ ਹੋ ਔਰ ਤੁਸੀਂ ਇੰਨਾ ਸੋਹਣਾ ਲਿਖਦੇ ਹੋ ਸੋਹਣੇ ਸੁਨੱਖੇ ਆਪ ਵੀ ਹੋ ਜੱਚਦੇ ਹੋ ਤੁਸੀਂ ਕਦੀ ਆਪ ਐਕਟਿੰਗ ਕਿਸੇ ਗਾਣੇ 'ਚ ਕੀਤੀ ਆ ਐਕਟ ਕੀਤਾ ਮੈਂ ਵੈਸੇ ਤਾਂ ਮੈਂ ਵੀ ਬਹੁਤ ਸੰਗਦਾ ਮੈਂ ਵੀ ਪਹਿਲੀ ਵਾਰ ਇੰਟਰਵਿਊ ਕਰ ਰਿਹਾ ਅੱਛਾ ਜੀ ਤੇ ਕੈਮਰੇ ਅੱਗੇ ਮੈਨੂੰ ਵੀ ਥੋੜਾ ਜਿਹਾ ਆਉਣ ਤੋਂ ਔਖਾ ਜੀ ਲੱਗਦਾ ਗਾਣਿਆਂ 'ਚ ਮੈਂ ਕਈਆਂ 'ਚ ਕੀਤਾ ਜੀ ਮੇਰਾ ਸਾਈਨਡ ਗਾਣਾ ਆਇਆ ਸੀ ਉਹਦੇ 'ਚ ਮੈਂ ਲੀਡ ਰੋਲ ਕੀਤਾ ਸੀ ਉਸ ਤੋਂ ਬਾਅਦ ਰਿਕਾਰਡ ਸੈੱਟ ਉਹ ਗਾਣੇ 'ਚ ਵੀ ਐਂਡ 'ਤੇ ਥੋੜੀ ਹੈਗਾ ਸੀ ਤੇ ਟੋਹਰ ਤਬਾਹੀ ਗਾਣੇ 'ਚ ਵੀ ਸੀ ਤੇ ਅੰਗਰੇਜ਼ ਵਾਲੀ ਭਾਜੀ ਨਾਲ ਪ੍ਰਾਊਡ ਗਾਣਾ ਆਇਆ ਸੀ ਆਪਣਾ ਉਹ ਵੀ ਬੁਲੰਦ ਆਵਾਜ਼ ਨੇ ਭਾਜੀ ਹਾਂਜੀ ਉਹਨਾਂ 'ਚ ਕੀਤਾ ਸੀ ਤੇ ਆ ਜਾਂਦੇ ਜੀ ਆਪਾਂ ਵੀ ਗਾਣੇ 'ਚ ਹਾਂਜੀ ਅੱਛਾ ਰੁਪਿੰਦਰ ਜੀ ਮੈਨੂੰ ਚੰਗਾ ਲੱਗਾ ਤੁਸੀਂ ਬੜੇ ਸ਼ਰਮਾਕਲ ਜਿਹੇ ਆ ਪਰ ਮੈਨੂੰ ਲੱਗਾ ਕਿ ਲਿਖਣਾ ਤਾਂ ਸੌਖਾ ਆ ਆਪਣੀ ਲਿਖਤ ਨੂੰ ਕਿਸੇ ਤੋਂ ਗਵਾਉਣਾ ਸੌਖਾ ਐਕਟਿੰਗ ਕਰਨੀ ਕਿੰਨੀ ਕੁ ਸੌਖੀ ਆ ਮੈਮ ਐਕਟਿੰਗ ਤਾਂ ਔਖੀ ਆ ਐਕਟਿੰਗ ਔਖੀ ਆ ਜੀ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਨਹੀਂ ਆਉਂਦੀ ਹੈਗੀ ਉਹ ਔਖਾ ਹੀ ਆ ਜਿਹੜੀ ਚੀਜ਼ 'ਚ ਤੁਸੀਂ ਕੰਮ 'ਚ ਪੈ ਗਏ ਮੈਨੂੰ ਲਿਖਣਾ ਬਹੁਤ ਸੌਖਾ ਲੱਗਦਾ ਕਿਉਂਕਿ ਹੁਣ ਮੇਰੀ ਤਿਆਰੀ ਹੈ ਇਹਦੇ 'ਚ ਤੇ ਕੌਨਫੀਡੈਂਸ ਵੀ ਬਣ ਜਾਂਦਾ ਐਕਟਿੰਗ ਵੱਲ ਆਪਣਾ ਕੋਈ ਰੁਝਾਨ ਨਹੀਂ ਕੋਈ ਮੈਂ ਬਹੁਤੀਆਂ ਜ਼ਿਆਦਾ ਫਿਲਮਾਂ ਨਹੀਂ ਦੇਖਦਾ ਹੈਗਾ ਮੇਰਾ ਥੋੜ੍ਹਾ ਪੜ੍ਹਨ ਵੱਲ ਜ਼ਿਆਦਾ ਜੀ ਇਸੇ ਕਰਕੇ ਮੈਨੂੰ ਐਕਟਿੰਗ ਔਖੀ ਹੋ ਲੱਗਦੀ ਹੈ ਕਿਹੋ ਜਿਹਾ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ ਕਿਹੋ ਜਿਹੀਆਂ ਕਿਤਾਬਾਂ ਜਿਹੜੀਆਂ ਤੁਹਾਨੂੰ ਮੋਟੀਵੇਸ਼ਨ ਮੋਟੀਵੇਟ ਹੋਰ ਕਰਦੀਆਂ ਨੇ ਵਧੀਆ ਲਿਖਣ ਦੇ ਲਈ ਕਿਹਦੇ ਤੁਸੀਂ ਜ਼ਿਆਦਾ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੇ ਹੋ ਹਾਂਜੀ ਮੈਨੂੰ ਥੋੜ੍ਹੇ ਜਿਹਾ ਜੁਝਾਰਵਾਦੀ ਪੜ੍ਹਨਾ ਪਸੰਦ ਆ ਲਾਲ ਸਿੰਘ ਦਿਲ ਹੋ ਗਏ ਪਹਾਸ਼ ਹੋ ਗਏ ਤੇ ਗਜ਼ਲ ਦੇ ਵਿੱਚ ਡਾਕਟਰ ਜਗਤਾਰ ਤੇ ਅੱਜ ਕੱਲ੍ਹ ਗੁਰਤੇਜ ਕਹਾਰਵਾ ਜਸਵਿੰਦਰ ਜੀ ਬਹੁਤ ਨਾਮ ਨੇ ਸ਼ਾਇਰੀ ਦੇ ਵਿੱਚ ਸਾਹਿਤ ਦੇ ਵਿੱਚ ਤੇ ਮਤਲਬ ਪੜ੍ਹਦਾ ਰਹਿੰਦਾ ਕਿ ਨਾਂ ਜਿਹੜੇ ਬੜੇ ਇੱਕ ਸਤਿਕਾਰਯੋਗ ਸ਼ਖਸੀਅਤਾਂ ਦੀ ਤੁਸੀਂ ਲਿਖਤਾਂ ਪੜ੍ਹਦੇ ਹੋ ਬੜੀ ਚੰਗੀ ਗੱਲ ਆ ਸਾਹਿਤ ਦੇ ਨਾਲ ਵੈਸੇ ਮੈਂ ਦੇਖਿਆ ਕਿ ਨੌਜਵਾਨ ਪੀੜ੍ਹੀ ਜ਼ਿਆਦਾ ਫੋਨਾਂ ਦੇ ਨਾਲ ਜੁੜ ਜਾਂਦੀ ਆ ਸਾਹਿਤ ਤੋਂ ਕਿਤੇ ਨਾ ਕਿਤੇ ਦੂਰ ਹੋ ਰਹੇ ਆ ਪਰ ਮੈਨੂੰ ਬੜਾ ਚੰਗਾ ਲੱਗਦਾ ਜਿਹੜੇ ਨੌਜਵਾਨ ਕਹਿੰਦੇ ਕਿ ਅਸੀਂ ਸਾਹਿਤ ਦੇ ਨਾਲ ਜੁੜੇ ਹਾਂ ਤਾਂ ਅਸੀਂ ਸਾਹਿਤ ਪੜ੍ਹਨਾ ਪਸੰਦ ਕਰਦੇ ਹਾਂ ਔਰ ਮਾਂ ਬੋਲੀ ਨੂੰ ਨਾਲ ਲੈ ਕੇ ਚੱਲਦੇ ਹਾਂ ਤੇ ਜਦੋਂ ਤੁਸੀਂ ਅਕਸਰ ਮਾਂ ਬਾਪ ਚਾਹੁੰਦੇ ਆ ਕਿ ਮੇਰਾ ਬੱਚਾ ਡਾਕਟਰ ਬਣੇ ਮੇਰਾ ਬੱਚਾ ਇੰਜੀਨੀਅਰ ਬਣੇ ਸੋ ਰੁਪਿੰਦਰ ਦੇ ਮੋਮ ਡੈਡ ਕੀ ਚਾਹੁੰਦੇ ਸੀ ਮਾਤਾ ਪਿਤਾ ਕੀ ਚਾਹੁੰਦੇ ਸੀ ਕਿ ਸਾਡਾ ਰੁਪਿੰਦਰ ਕੀ ਬਣੇ ਉਹ ਤਾਂ ਕੁਛ ਨਹੀਂ ਜੀ ਚਾਹੁੰਦੇ ਉਹ ਤਾਂ ਇਹੀ ਚਾਹੁੰਦੇ ਸੀ ਮੁੰਡਾ ਕੰਮ ਕਰੇ ਕੋਈ ਵੀ ਕੰਮ ਕਰੇ ਕੁਛ ਵੀ ਕਰੇ ਉਹਨਾਂ ਨੇ ਕੋਈ ਇੰਟਰਫੇਅਰ ਨਹੀਂ ਭੋਲੇ ਜੇ ਨੇ ਮਾਂ ਬਾਪ ਉਹਨਾਂ ਨੂੰ ਕੋਈ ਬਣਾ ਨਹੀਂ ਹੈਗਾ ਉਹਨਾਂ ਦਾ ਠੀਕ ਆ ਕੰਮ ਚੱਲ ਰਿਹਾ ਵੀ ਬਹੁਤ ਵਧੀਆ ਠੀਕ ਆ ਜੋ ਕਰਦਾ ਤੂੰ ਕਰੀ ਚੱਲ ਉਹ ਨਹੀਂ ਕੋਈ ਮੇਰੀ ਮਾਂ ਤਾਂ ਬੜੀ ਭੋਲੀ ਆ ਮੇਰਾ ਬਾਪੂ ਬੜਾ ਪਿਆਰਾ ਆ ਬਸ ਮੈਨੂੰ ਅੱਖਾਂ ਦਾ ਮੈਂ ਉਹਨਾਂ ਦਾ ਤਾਰਾ ਆ ਸਾਹਮਣੇ ਦੇਖ ਕੇ ਖੁਸ਼ ਰਹਿੰਦੀ ਆ ਮਾਪੇ ਹਮੇਸ਼ਾ ਚਾਹੁੰਦੇ ਆ ਰੁਪਿੰਦਰ ਜੀ ਕਿ ਸਾਡੇ ਬੱਚੇ ਤਰੱਕੀਆਂ ਕਰਨ ਕੰਮ ਕੋਈ ਵੀ ਹੋਵੇ ਜੇ ਉਹ ਸਾਫ਼ ਸੁਥਰਾ ਸੋਹਣਾ ਤੇ ਇੱਕ ਸਲੀਕੇ ਨਾਲ ਬੱਚਾ ਕਰਦਾ ਮਾਪੇ ਇਹੋ ਹੀ ਦੇਖ ਕੇ ਬੜੇ ਖੁਸ਼ ਹੋ ਜਾਂਦੇ ਆ ਮੈਨੂੰ ਚੰਗਾ ਲੱਗਾ ਕਿ ਉਹ ਖੁਸ਼ ਆ ਜੋ ਵੀ ਤੁਸੀਂ ਕਰਦੇ ਆ ਬਿਲਕੁਲ ਤੇ ਹੁਣ ਰੁਪਿੰਦਰ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਆਰਟਿਸਟ ਬਹੁਤ ਸਾਰੇ ਇੱਕ ਨਹੀਂ ਬਹੁਤ ਆਰਟਿਸਟ ਫਿਲਮਾਂ ਵੱਲ ਬੜਾ ਜਾਂਦੇ ਆ ਹੁਣ ਥੋੜ੍ਹੀ ਬਹੁਤੀ ਐਕਟਿੰਗ ਤੁਸੀਂ ਵੀ ਸਿੱਖ ਹੀ ਲਈ ਹੋਣੀ ਹੈ ਕਦੇ ਸੋਚਿਆ ਕਿਤੇ ਔਫਰ ਆਈ ਜਾਂ ਸੋਚਿਆ ਕਦੇ ਕਿ ਆਉਣ ਵਾਲੇ ਸਮੇਂ 'ਚ ਕਿਤੇ ਕੋਈ ਫਿਲਮ 'ਚ ਵੀ ਜਾਓਗੇ ਮੈਂ ਬਹੁਤੀਆਂ ਚੀਜ਼ਾਂ ਸੋਚ ਕੇ ਨਹੀਂ ਕਰਦਾ
ਜੇ ਹੋਣਾ ਹੋਇਆ ਤਾਂ ਇਹ ਵੀ ਹੋ ਜਾਣਾ। ਹਾਂਜੀ ਹਾਂ, ਕੁਛ ਵੀ ਮੈਨੂੰ ਜਦੋਂ ਮੈਂ ਲਿਖਣ ਲੱਗਿਆ ਮੈਨੂੰ ਤਾਂ ਇਹ ਨਹੀਂ ਸੀ ਪਤਾ ਮੈਂ ਕਦੋਂ ਲੱਗ ਗਿਆ, ਤੇ ਬਹੁਤੀਆਂ ਚੀਜ਼ਾਂ ਪਰਮਾਤਮਾ ਹੱਥੇ ਨੇ। ਜਿੱਧਰ ਨੂੰ ਹੋ ਗਏ ਫਿਰ ਆਪਾਂ ਉਹ ਕੰਮ 'ਚ ਪੂਰੀ ਮਿਹਨਤ ਕਰਨੀ ਆ, ਜਿੱਧਰ ਗਏ ਪਰ ਮੈਨੂੰ ਲੱਗਦਾ ਨਹੀਂ ਹਜੇ ਤੱਕ, ਕਿਉਂਕਿ ਮੈਂ ਲਿਖਣ ਵੱਲ ਹੀ ਮੇਰਾ ਪੂਰਾ ਧਿਆਨ ਆ, ਤੇ ਇੱਧਰ ਹੀ ਆਈਏ ਆਪਾਂ। अच्छा रुपिंदर जी, वैसे असी कहने कि एक राइटर आ उहदे कोल समां हुंदा, उहदा जिहड़ा दिमाग आ उह 24 घंटे किसे ना किसे समाजिक कम्मां दे विच बाहर अंदर घुमदा फिरदा, उहदे कुछ ना कुछ जहन दे विच चलदा रहिंदा। किसे एक चीज़ ने भी उहनूं प्रभावित करता तो उहने उहदे ते भी गीत बना देना, इह सुभाव हुंदा आ जिहड़े राइटर हुंदे आ। ते तुसीं पढ़न तों इलावा होर की शौक आ तुहाडे, की करना ज़्यादा पसंद करदे जे थोड़ा बहुता फ्री टाइम तुहाडे कोल हुंदा, ਕੀ ਰੁਚੀਆਂ ਆ ਤੁਹਾਡੀਆਂ, ਕੀ ਕਰਨਾ ਚਾਹੁੰਦੇ ਪੜ੍ਹਨ ਤੋਂ ਇਲਾਵਾ? ਟਾਈਮ ਫ੍ਰੀ ਹੀ ਹੁੰਦਾ ਜੀ, ਇਹ ਤਾਂ ਗੱਲਾਂ ਹੀ ਨੇ, ਕਹਿੰਦੇ ਨੇ ਅਸੀਂ ਬਹੁਤ ਬਿਜ਼ੀ ਆ, ਬਿਜ਼ੀ ਕੋਈ ਨਹੀਂ ਹੁੰਦਾ, ਆਪਣੇ ਲਈ ਟਾਈਮ ਕੱਢਣਾ ਜ਼ਰੂਰੀ ਆ ਜੀ। ਮੇਰੀ ਰੁਟੀਨ ਸਵੇਰੇ ਜਿਮ ਤੋਂ ਸਟਾਰਟ ਹੋ ਜਾਂਦੀ ਆ, ਤੇ ਜਿਮ ਉਸ ਤੋਂ ਬਾਅਦ ਆ ਕੇ ਘਰ ਆਪਣਾ ਜਿੱਦਾਂ ਵੀ ਗਾਣੇ ਵਗੈਰਾ ਦਾ ਕੰਮ ਹੁੰਦਾ ਉਹ ਕਰੀਦਾ, ਤੇ ਸ਼ਾਮ ਨੂੰ ਗਰਾਊਂਡ। ਮੇਰੀ ਦੋ ਹੀ ਰੁਟੀਨਾਂ ਨੇ, ਸਵੇਰੇ ਜਿਮ 'ਚ, ਸ਼ਾਮ ਨੂੰ ਗਰਾਊਂਡ। ਇੰਨੀ ਕੁ ਲਾਈਫ ਆ, ਗਰਾਊਂਡ ਜਦੋਂ ਮਨ ਬੜਾ ਉਦਾਸ ਹੋਵੇ ਉਦੋਂ ਵੀ ਗਰਾਊਂਡ ਸਾਂਭਦਾ, ਖੁਸ਼ ਹੋਈਏ ਉਦੋਂ ਵੀ ਗਰਾਊਂਡ ਸਾਂਭਦਾ। ਸਭ ਤੋਂ ਮੈਨੂੰ ਲੱਗਦਾ ਵੀ ਮੇਰੇ ਜਿਹੜੀ ਨੇੜੇ ਦੀ ਜਗ੍ਹਾ ਜਿੱਥੇ ਮੈਨੂੰ ਸਕੂਨ ਮਿਲਦਾ ਉਹ ਮੇਰਾ ਗਰਾਊਂਡ ਆ ਪਿੰਡ ਦਾ, ਤੇ ਪਿੰਡ ਪਿਆਰਾ ਹੀ ਆ ਆਪਾਂ ਨੂੰ। ਬਿਲਕੁਲ ਜੀ, ਪਿੰਡ ਸਾਰਿਆਂ ਦੀ ਰੂਹ 'ਚ ਵੱਸਦਾ ਆ। ਅਸੀਂ ਪਰਦੇਸੀ ਇਹਨਾਂ ਮੁਲਕਾਂ 'ਚ ਬੈਠੇ ਹਾਂ ਅਤੇ ਅਸੀਂ ਵੀ ਗੱਲਾਂ ਗੱਲਾਂ 'ਚ ਪਿੰਡ ਗੇੜੀ ਮਾਰੇ ਆਉਂਦੇ ਹਾਂ। ਅਤੇ ਹੁਣ ਕਿਹੜੇ ਪ੍ਰੋਜੈਕਟ ਆ ਰੁਪਿੰਦਰ ਜੀ ਜਿਹੜੇ ਤੁਹਾਡੇ ਆਉਣ ਵਾਲੇ, ਕਿਹਨਾਂ 'ਤੇ ਤੁਸੀਂ ਕੰਮ ਕਰ ਰਹੇ ਹੋ? ਹਾਂਜੀ, ਅਤੇ ਥੋੜ੍ਹੇ ਦਿਨ 'ਚ ਮੈਂ ਇੱਕ ਗਾਣਾ ਕਰ ਰਿਹਾ ਹੈੱਡਫੋਨਸ, ਅਤੇ ਉਹ ਵੀ ਥੋੜ੍ਹੀਆਂ ਸੋਸ਼ਲ ਗੱਲਾਂ ਦੇ, ਕਿਤੇ ਨਾ ਕਿਤੇ ਹਰੇਕ ਬੰਦੇ ਦੇ ਨੇੜੇ ਜੇ ਆ। ਤੇ ਨਵਾਂ ਮੁੰਡਾ ਅਨਵਰ ਖਾਨ ਉਹਨੇ ਗਾਇਆ, ਤੇ ਦੀਪ ਟਰੈਕ ਦਾ ਮਿਊਜ਼ਿਕ ਆ, ਤੇ ਗੁਰਕਮਲ ਮੁੰਡਾ ਨਵਾਂ ਹੀ ਆ ਜੀ, ਉਹਨੇ ਵੀਡੀਓ ਕੀਤੀ ਆ। ਉਸ ਤੋਂ ਬਾਅਦ ਬਾਈ ਉਪਕਾਰ ਸੰਧੂ, ਉਹਨਾਂ ਨਾਲ ਪ੍ਰੋਜੈਕਟ ਆ ਰਿਹਾ ਜੀ, ਤੇ ਅੱਗੇ ਅੰਗਰੇਜ਼ ਅਲੀ ਭਾਜੀ, ਗੁਰਿੰਦਰ ਰਾਏ ਭਾਜੀ, ਤੇ ਕਾਫੀ ਹੋਰ ਜਿੱਦਾਂ ਨੋਨ ਨੇ ਜਿਹੜੇ ਮੇਰੇ ਦੋਸਤ ਨੇ, ਸਾਰੇ ਅਸੀਂ ਇਕੱਠੇ ਮਿਲ ਕੇ ਗਾਣਾ ਕਰ ਰਹੇ ਹਾਂ ਜੀ। ਬਹੁਤ ਸਾਰੇ ਨੌਜਵਾਨ ਇਸ ਪਾਸੇ ਆ ਰਹੇ ਹੈਗੇ ਆ ਤੁਹਾਡੇ ਵਰਗੇ, ਤੁਸੀਂ ਹੁਣ ਇੰਨੀ ਸਟੱਡੀ ਕਰਕੇ ਬਾਹਰ ਆਏ ਹੋ, ਤੁਸੀਂ ਇਸ ਪਾਸੇ ਆਏ ਹੋ, ਪੜ੍ਹਦੇ ਹੋ, ਸਾਹਿਤ ਪੜ੍ਹ ਕੇ ਚੰਗਾ ਲਿਖਣ ਦੇ ਵਿੱਚ ਤੁਸੀਂ ਰੁੱਝੇ ਹੋਏ ਹੋ, ਜਿਹੜੇ ਹੋਰ ਨਵੇਂ ਨੌਜਵਾਨ ਮੁੰਡੇ ਆਉਂਦੇ ਆ ਤੁਹਾਡੇ ਵਰਗੇ, ਤੁਹਾਡੀ ਉਹਨਾਂ ਦੇ ਲਈ ਕੀ ਸੋਚ ਆ, ਕੀ ਕਹਿਣਾ ਚਾਹੋਗੇ ਉਹਨਾਂ ਨੂੰ ਆਪਣੇ ਵੱਲੋਂ ਜੋ ਤੁਸੀਂ ਮਹਿਸੂਸ ਕੀਤਾ? ਕਿਉਂਕਿ ਕਈ ਵਾਰੀ ਕਿਸੇ ਦੇ ਦਿਲੋਂ ਗੱਲ ਨਿਕਲੀ ਕਿਸੇ ਨੂੰ ਤੋਂ, ਇੱਕਦਮ ਉਹਦੇ ਦਿਲ ਨੂੰ ਛੂਹ ਜਾਂਦੀ ਆ, ਤੇ ਹੋ ਸਕਦਾ ਕਿ ਹੋਰ ਵੀ ਨੌਜਵਾਨ ਇਸ ਪਾਸੇ ਵੱਲ ਪ੍ਰੇਰਿਤ ਹੋ ਜਾਣ। ਕੀ ਤੁਹਾਡੀ ਸੋਚ ਆ, ਕੀ ਸੋਚਦੇ ਆ ਤੁਸੀਂ, ਕੀ ਕਰਨਾ ਚਾਹੀਦਾ ਨੌਜਵਾਨਾਂ ਨੂੰ? ਲਿਖਣ ਵਾਲੇ ਮੁੰਡਿਆਂ ਨੂੰ ਇੰਨਾ ਕੇ ਕਹੂੰਗਾ ਵੀ ਕਾਹਲੀ ਨਾ ਕਰੋ। ਬਹੁਤੇ ਬੰਦੇ ਕੀ ਕਰਦੇ ਜੀ, ਥੋੜੇ ਜਿਹੇ ਗਾਣੇ ਲਿਖੇ, ਉਹਨਾਂ ਨੂੰ ਛੇਤੀ ਹੁੰਦਾ ਮੇਰਾ ਗਾਣਾ ਰਿਕਾਰਡ ਹੋ ਜੇ। ਇਹ ਚੱਕਰ 'ਚ ਨਾ ਪਓ, ਪੜ੍ਹੀ ਚੱਲੋ, ਲਿਖੀ ਚੱਲੋ, ਹੈ ਨਾ। ਇਹ ਤਾਂ ਇੱਕ ਪ੍ਰੈਕਟਿਸ ਆ, ਜਦੋਂ ਤੁਸੀਂ ਲਿਖੀ ਜਾਣਾ ਤੁਹਾਨੂੰ ਆਪਣੇ ਪੁਰਾਣੇ ਗਾਣੇ ਇੱਦਾਂ ਲੱਗਣਗੇ ਵੀ ਨਹੀਂ ਕਮੀ ਸੀਗੀ। ਜਿਵੇਂ ਜਿਵੇਂ ਤੁਸੀਂ ਆਪਣੀ ਤਿਆਰੀ ਕਰਦੇ ਜਾਂਦੇ ਹੋ ਇੰਨਾ ਕੁ ਲਿਖ ਲਓ। ਮੈਨੂੰ ਲੱਗਦਾ ਹੁੰਦਾ ਵੀ ਤੁਸੀਂ, ਤੁਹਾਨੂੰ ਕੋਈ ਵੀ ਬੰਦਾ ਗਾਣਾ ਮੰਗੇ, ਤੁਸੀਂ ਹਰੇਕ ਸਬਜੈਕਟ ਦੇ ਗਾਣਾ ਲਿਖ ਕੇ ਦੇ ਸਕੋ ਬੰਦੇ ਨੂੰ। ਆਪਣੇ ਆਪ ਨੂੰ ਪ੍ਰਪੇਅਰ ਕਰ ਲਓ, ਪ੍ਰਪੇਅਰ ਕਰ ਲਓਗੇ ਮਾਰ ਨਹੀਂ ਖਾਂਦੇ ਆਪਾਂ, ਤੇ ਲੰਬਾ ਟਾਈਮ ਚੱਲਦੇ ਰਹਾਂਗੇ ਜੀ। ਕੀ ਬਾਤ ਹੈ! ਤੇ ਤੁਹਾਡੇ ਤੱਕ ਆਰਟਿਸਟਾਂ ਨੇ ਕਦੀ ਅਪਰੋਚ ਕੀਤੀ ਹੈ ਕਿ ਮੈਨੂੰ, ਜਿਵੇਂ ਅਸੀਂ ਗੁਰਿੰਦਰ ਰਾਏ ਹੋਣਾ ਦੀ ਗੱਲ ਕਰੀਏ ਜਾਂ ਹਰਮਨ ਢੀਂਡਸਾ ਦੀ, ਉਹਨਾਂ ਨੇ ਕੋਈ ਤੁਹਾਨੂੰ ਟੌਪਿਕ ਦਿੱਤਾ ਕਿ ਸਾਨੂੰ ਇਸ ਟੌਪਿਕ 'ਤੇ ਗਾਣਾ ਲਿਖ ਕੇ ਦਿਓ ਜਾਂ ਸਾਨੂੰ ਆਹ ਗਾਉਣਾ ਚੰਗਾ ਲੱਗਦਾ? ਕਰ ਰਹੇ ਤੁਸੀਂ ਵੀ ਕੋਈ ਇਹੋ ਜਿਹਾ ਪ੍ਰੋਜੈਕਟ? ਹਾਂਜੀ, ਜਦੋਂ ਅਸੀਂ ਇਕੱਠੇ ਪ੍ਰੋਜੈਕਟ ਬਣਾਉਂਦੇ ਹਾਂ ਇੱਦਾਂ ਹੀ ਬਣਾਉਂਦੇ ਹਾਂ। ਗੁਰਿੰਦਰ ਰਾਏ ਭਾਜੀ ਥੋੜ੍ਹੇ ਜਿਹੇ ਗਰਮ ਖਿਆਲੀ ਨੇ, ਉਹਨਾਂ ਨੂੰ ਥੋੜ੍ਹੇ ਜਿਹੇ ਗਰਮ ਜਿਹੇ ਗਾਣੇ ਵਧੀਆ ਲੱਗਦੇ ਆ, ਅਤੇ ਹਰਮਨ ਸਾਡਾ ਉਹ ਟੌਰੀ ਮੁੰਡਾ, ਅਤੇ ਜਦੋਂ ਅਸੀਂ ਗਾਣਾ ਟੌਰ ਤੋਂ ਵਾਹੀ ਕੀਤਾ ਵੀ ਸੀ, ਉਸ ਤੋਂ ਪਹਿਲਾਂ ਉਹਨੂੰ ਮੈਂ ਕਈ ਗਾਣੇ ਸੁਣਾਏ, ਅਤੇ ਉਹਨੇ ਦੱਸਿਆ ਯਾਰ ਆਪਾਂ ਨਾ ਕੋਈ ਇੱਦਾਂ ਦੀਆਂ ਗੱਲਾਂ ਰੱਖਣੀਆਂ ਨੇ, ਥੋੜ੍ਹੇ ਸ਼ੌਕੀਨ ਜਿਹਾ ਬੰਦਾ ਸਾਡਾ, ਅਤੇ ਉਹਦੇ ਨਾਲ ਟੌਰੀ ਜਿਹੇ ਗਾਣੇ ਕਰਦੇ ਹਾਂ। ਅੱਗੇ ਵੀ ਗਾਣਾ ਬਣਿਆ ਪਿਆ ਜੀ ਹਰਮਨ ਨਾਲ, ਅਤੇ ਦੀਪ ਜੰਡੂ ਭਾਜੀ ਦਾ ਮਿਊਜ਼ਿਕ ਆ ਉਹਦੇ 'ਚ, ਕਰਾਂਗੇ ਜੀ ਉਹ ਵੀ ਜਲਦੀ, ਉਹ ਤੇ ਪਸੰਦ ਆਊਗਾ ਜੀ ਸਾਰਿਆਂ ਨੂੰ ਵੀ ਜੀ। ਬਹੁਤ ਵਧੀਆ ਰੁਪਿੰਦਰ ਸੰਧੂ ਜੀ, ਮੈਨੂੰ ਤੁਹਾਡੇ ਨਾਲ ਗੱਲ ਕਰਕੇ ਲੱਗਾ, ਤੁਹਾਡੇ ਵਰਗੇ ਨੌਜਵਾਨ ਚੜ੍ਹਦੀ ਕਲਾ ਵਾਲੇ, ਵਧੀਆ ਸੋਚ ਵਾਲੇ, ਸਾਹਿਤ ਨੂੰ ਪਿਆਰ ਕਰਨ ਵਾਲੇ ਔਰ ਸੋਹਣੇ ਗੀਤ ਸਮਾਜ ਨੂੰ ਦੇਣ ਵਾਲੇ, ਮੈਂ ਕਹਿੰਦੀ ਹਾਂ ਹਮੇਸ਼ਾ ਹੀ ਤਰੱਕੀਆਂ ਕਰਦੇ ਰਹੋ। ਅਤੇ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ ਸਾਂਝਾ ਟੀਵੀ ਨੂੰ। ਸਾਡੇ ਬਹੁਤ ਸਾਰੇ ਦੇਸ਼ ਵਿਦੇਸ਼, ਪੂਰੀ ਦੁਨੀਆ 'ਚ ਸਾਡੇ ਦਰਸ਼ਕ ਦੇਖਦੇ ਆ, ਤੁਹਾਨੂੰ ਦੇਖਣਗੇ, ਤੁਹਾਡੀ ਲਿਖਤ ਨੂੰ ਪਸੰਦ ਕਰਨਗੇ, ਤੁਹਾਡੇ ਗੀਤਾਂ ਨੂੰ ਪਿਆਰ ਕਰਦੇ ਆ। ਅਤੇ ਆਉਣ ਵਾਲੇ ਸਮੇਂ 'ਚ ਹੋਰ ਬੁਲੰਦੀਆਂ ਛੂਵੋ ਤੁਸੀਂ, ਅਤੇ ਸਾਨੂੰ ਸਮਾਂ ਦੇਣ ਲਈ ਦਿਲੋਂ ਧੰਨਵਾਦ ਜੀ ਤੁਹਾਡਾ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਸਾਂਝਾ ਟੀਵੀ ਦਾ, ਅਤੇ ਮੈਮ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮੱਚ ਰੁਪਿੰਦਰ ਜੀ। ਥੈਂਕ ਯੂ ਜੀ। ਬਿਲਕੁਲ ਜੀ, ਕਹਿੰਦੇ ਜਦੋਂ ਨੌਜਵਾਨ ਪੀੜ੍ਹੀ ਸਾਹਿਤ ਨੂੰ ਪਿਆਰ ਕਰਨ ਲੱਗ ਪੈਂਦੀ ਆ ਅਤੇ ਸੋਚ ਦਾ ਦਾਇਰਾ ਵੱਡਾ ਕਰ ਲੈਂਦੀ ਆ, ਅਤੇ ਫਿਰ ਵਧੀਆ ਗੀਤ ਉਪਜਦੇ ਆ, ਵਧੀਆ ਗੀਤ ਲਿਖਦੇ ਆ,
ਤੇ ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਨੌਜਵਾਨੀ ਹੈ ਉਹ ਸਾਹਿਤ ਨੂੰ ਪੰਜਾਬੀ ਮਾਂ ਬੋਲੀ ਨੂੰ ਆਪਣੀ ਕੌਮ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਲੈ ਕੇ ਜਾਵੇ ਇਹ ਸਨ ਸਾਡੇ ਨਾਲ ਰੁਪਿੰਦਰ ਸੰਧੂ ਖਾਸ ਮੁਲਾਕਾਤ ਕੀਤੀ ਇਹਨਾਂ ਦੇ ਨਾਲ ਬੜੇ ਅੱਛੇ ਸੌਂਗ ਰਾਈਟਰ ਨੇ ਜ਼ਰੂਰ ਤੁਸੀਂ ਇਹਨਾਂ ਦੇ ਗੀਤ ਸੁਣਿਓ ਆਉਣ ਵਾਲੇ ਬੜੇ ਇਹਨਾਂ ਦੇ ਪ੍ਰੋਜੈਕਟ ਨੇ ਅਗਲੀ ਵਾਰ ਫਿਰ ਕਿਸੇ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗੀ ਤਦ ਤੱਕ ਤੁਸੀਂ ਰੱਖਿਓ ਖਿਆਲ ਦੇਖ ਰਿਹਾ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ प्लीज सब्सक्राइब आवर चैनल एंड प्रेस द बेल आइकन ताकि कोई भी नवी अपडेट तुसे बिल्कुल भी मिस ना करो।